ਅੱਜਕੱਲ ਸੱਚਾ ਸੁੱਚਾ ਪਿਆਰ ਕਿੱਥੇ ਰਹਿ ਗਿਆ ਤੁਹਾਨੂੰ ਪਤਾ ਹੀ ਆ। ਤਾਂ ਕਰਕੇ ਜੇ ਕੋਈ ਵਧੀਆ ਕੁੜੀ ਮਿਲਦੀ ਆ, ਸਿਆਣੀ ਕੋਈ ਹੈ ਨਾ, ਸਮਝਦਾਰ, ਘਰ ਨੂੰ ਸੰਭਾਲਣ ਵਾਲੀ, ਤਾਂ ਓਪਰਚੁਨਿਟੀ ਨੂੰ ਗ੍ਰੈਬ ਕਰ ਲੈਣਾ ਚਾਹੀਦਾ ਗਾਈਸ। ਅਤੇ ਬਾਕੀ ਰਹੀ ਗੱਲ ਕੁੜੀਆਂ ਦੀ, ਕੋਈ ਗੱਲ ਨਹੀਂ, ਮੇਰੇ ਦੋਸਤ ਦੋਸਤ ਹੈਗੇ ਆ ਵਾਧੂ, ਮੇਰਾ ਛੋਟਾ ਭਰਾ ਹਜੇ ਹੈਗਾ, ਉਹਨੂੰ ਜਾ ਕੇ ਫੋਲੋ ਫੋਲੋ ਕਰ ਲਓ। ਬਾਕੀ ਮੈਨੂੰ ਅਨਫੋਲੋ ਨਾ ਕਰ ਦਿਓ, ਮੈਂ ਪੋਸਟਾਂ ਪੁਸਟਾਂ ਪਾਊਂਗਾ ਸੋਹਣੀ ਸੋਹਣੀ, ਉਹ ਵੀ ਦੇਖਿਓ, ਠੀਕ ਹੈ। ਸਾਰੇ ਜਣੇ ਮੈਨੂੰ ਜਾ ਕੇ ਫੋਲੋ ਕਰ ਲਓ ਇੰਸਟਾਗ੍ਰਾਮ 'ਤੇ। ਹੁਣ ਇੱਕ ਵਾਰੀ ਫਿਰ ਸਵਾਗਤ ਆ ਬੀਮ ਬ੍ਰਾਂਡ ਦੇ ਘੈਂਟ ਜੇ ਵਲੋਗ ਦੇ ਵਿੱਚ ਗਾਈਸ। ਅੱਜ ਦਾ ਵਲੋਗ ਨਾ ਬਾਹਲਾ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਤੁਹਾਡੇ ਲਈ, ਸਾਰਿਆਂ ਲਈ, ਕਿਉਂਕਿ ਅੱਜ ਮੇਰੀ ਲਾਈਫ ਵਿੱਚ ਵੀ ਨਾ ਬਹੁਤ ਜ਼ਿਆਦਾ ਸਪੈਸ਼ਲ ਡੇ ਆ। ਮੈਂ ਪਹਿਲਾਂ 20 ਵਾਰੀ ਸੋਚਿਆ ਇਹ ਵੀਡੀਓ ਬਣਾਉਣ ਵੇਲੇ, 20 ਵਾਰੀ ਵੀ ਨਹੀਂ, ਮੈਂ ਮਤਲਬ ਸਾਰੀ ਰਾਤ ਸੋਚਦਾ ਰਿਹਾ ਕਿ ਆਹ ਵੀਡੀਓ ਬਣਾਵਾਂ ਨਾ ਬਣਾਵਾਂ, ਦੱਸਾਂ ਨਾ ਦੱਸਾਂ, ਅਤੇ ਘਰਦਿਆਂ ਨਾਲ ਵੀ ਸਲਾਹ ਕੀਤੀ। ਉਹਨਾਂ ਨੇ ਮੈਨੂੰ ਸਹੀ ਸਲਾਹ ਦਿੱਤੀ ਕਿ ਹਾਂ, ਤੈਨੂੰ ਇਸ ਚੀਜ਼ ਬਾਰੇ ਗੱਲ ਕਰਨੀ ਚਾਹੀਦੀ ਹੈ। ਜਦੋਂ ਯਾਰ ਮੈਂ ਚੈਨਲ ਕ੍ਰੀਏਟ ਕੀਤਾ ਆਪਦਾ ਯੂਟਿਊਬ 'ਤੇ, ਹੈ ਨਾ, ਤਾਂ ਮੈਨੂੰ ਇੱਕ ਹੀ ਕਮੈਂਟ ਆਉਂਦਾ ਜੇ ਮੈਂ ਕੋਈ ਇੰਸਟਾਗ੍ਰਾਮ 'ਤੇ ਆਸਕ ਮੀ ਐਨੀਥਿੰਗ ਪਾ ਦਾਂ ਜਾਂ ਕੋਈ ਪੋਸਟ ਪਾ ਦਾਂ, ਤੁਹਾਡਾ ਵਿਆਹ ਕਦੋਂ ਆ, ਤੁਹਾਡੀ ਕੋਈ ਗਰਲਫ੍ਰੈਂਡ ਹੈ, ਉਹਦਾ ਨੇਮ ਦੱਸੋ, ਉਹਦੇ ਨੇਮ ਦਾ ਪਹਿਲਾ ਅਕਸ਼ਰ ਦੱਸੋ। ਈਵਨ ਕਿ ਮਤਲਬ ਯੂਟਿਊਬ 'ਤੇ ਵੀ ਇਹੀ ਕਮੈਂਟ ਆਉਂਦੇ ਨੇ, ਅਤੇ ਗੂਗਲ 'ਤੇ ਵੀ ਜੇ ਤੁਸੀਂ ਸਰਚ ਕਰੋਗੇ ਕਿ ਹਰਸ਼ ਜਗਰਾਓ, ਤਾਂ ਨਾਲ ਨਾਲ ਸੁਜੈਸ਼ਨ ਵਿੱਚ ਗਰਲਫ੍ਰੈਂਡ ਆਉਂਦਾ ਹੀ ਹੁੰਦਾ। ਨਾ ਮੈਂ ਬਹੁਤ ਵੱਡਾ ਸੈਲੀਬ੍ਰਿਟੀ ਹਾਂ ਜਾਂ ਕੁਛ, ਨਾ ਫਿਰ ਵੀ ਨਾ ਮਤਲਬ ਸਾਰਿਆਂ ਨੂੰ ਨਾ ਚਾਅ ਹੁੰਦਾ ਇਸ ਚੀਜ਼ ਦਾ, ਹੈ ਨਾ, ਕਿਉਂਕਿ ਸਾਰੇ ਯਾਰ ਪਿਆਰ ਹੀ ਇੰਨਾ ਕਰਦੇ ਸ਼ੁਰੂ ਤੋਂ, ਕਿਉਂਕਿ ਮੈਂ ਹਮੇਸ਼ਾ ਇਹੀ ਸੋਚਦਾ ਹੁੰਦਾ ਕਿ ਮੇਰੇ ਵਲੌਗ ਵਿੱਚੋਂ ਕਿਸੇ ਜੇ ਕੋਈ ਛੋਟਾ ਵੀ ਦੇਖ ਰਿਹਾ, ਹੈ ਨਾ, ਉਹਨੂੰ ਕੋਈ ਗਲਤ ਮੈਸੇਜ ਨਾ ਜਾਵੇ ਬਸ। ਅਤੇ ਮੈਂ ਪ੍ਰੋਮਿਸ ਕਰਦਾ ਕਿ ਅੱਗੇ ਵੀ ਜਦੋਂ ਤੱਕ ਮੈਂ ਵੀਡੀਓ ਵਗੈਰਾ ਬਣਾਉਂਦਾ ਵਾ, ਵੈਸੇ ਤਾਂ ਮੈਂ ਬਣਾਉਂਦਾ ਹੀ ਕਿੱਥੇ, ਹੈ ਨਾ, 10 ਦਿਨਾਂ 'ਚ ਇੱਕ ਅੱਧਾ ਵਲੌਗ ਪਾਉਂਦਾ ਬਸ। ਬਾਕੀ ਹੁਣ ਮੈਂ ਟਰਾਈ ਕਰ ਰਿਹਾ ਕਿ ਮੈਂ ਰੈਗੂਲਰ ਪਾਵਾਂ, ਬਟ ਫਿਰ ਵੀ ਚਲੋ ਯਾਰ ਕਈ ਵਾਰੀ ਟਾਈਮ ਨਹੀਂ ਲੱਗਦਾ। ਅਤੇ ਜਿੰਨਾ ਟਾਈਮ ਮੈਂ ਵੀਡੀਓਸ ਵਗੈਰਾ ਪਾ ਰਿਹਾ ਕਿ ਮੈਂ ਸਹੀ ਵੀਡੀਓ ਹੀ ਪਾਊਂਗਾ, ਕਦੇ ਵੀ ਤੁਹਾਨੂੰ ਐਂ ਦੇਖ ਕੇ ਨਾ ਕ੍ਰਿੰਜ ਨਹੀਂ ਲੱਗੂਗਾ ਕੁਛ ਵੀ, ਕਿ ਮੈਨੂੰ ਇਹੀ ਮੈਸੇਜ ਆਉਂਦੇ ਰਹਿੰਦਾ ਵੀ ਤੁਹਾਡੀ ਗਰਲਫ੍ਰੈਂਡ ਹੈ, ਵੀ ਦੱਸੋ ਸਾਰਾ ਕੁਛ, ਅਤੇ ਮੈਂ ਕਦੇ ਇਸ ਚੀਜ਼ ਬਾਰੇ ਗੱਲ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਕਿ ਜੇ ਕੋਈ ਮੇਰੀ ਲਾਈਫ ਵਿੱਚ ਕੁੜੀ ਹੋਊਗੀ ਤਾਂ ਇੱਕ ਹੀ ਕੁੜੀ ਹੋਊਗੀ, ਉਹੀ ਮੇਰੀ ਫਰੈਂਡ ਹੋਊਗੀ, ਉਹੀ ਮੇਰੀ ਬੈਸਟ ਫਰੈਂਡ ਹੋਊਗੀ, ਉਹੀ ਮੇਰੀ ਗਰਲਫ੍ਰੈਂਡ ਹੋਊਗੀ, ਅਤੇ ਉਹੀ ਮੇਰੀ ਵਾਈਫ ਹੋਊਗੀ। ਇੱਦਾਂ ਨਹੀਂ ਹੈਗਾ ਕਿ ਇਹ ਮੇਰੀ ਵਾਈਫ ਹੈ ਜੀ, ਆਹ ਮੇਰੀ ਬੈਸਟ ਫਰੈਂਡ ਹੈ ਜੀ, ਉਹ ਸਭ ਚੀਜ਼ਾਂ ਮੈਨੂੰ, ਚਾਹੇ ਤੁਸੀਂ ਓਲਡ ਸਕੂਲ ਕਹਿ ਲਓ ਵੀ ਇਹਦੀ ਸੋਚ ਕਿਹੋ ਜਿਹੀ ਆ ਜਾਂ ਕਿਵੇਂ, ਹੈ ਨਾ, ਤਾਂ ਤੁਸੀਂ ਸੀਰੀਅਸਲੀ ਤੁਸੀਂ ਯਕੀਨ ਨਹੀਂ ਕਰਨਾ ਕਿ ਮੇਰੀ ਕੋਈ ਫਰੈਂਡ ਨਹੀਂ ਹੈਗੀ ਫੀਮੇਲ, ਕੋਈ ਫਰੈਂਡ, ਸਿਰਫ ਮੇਰੇ ਦੋਸਤ ਜਿਹਨਾਂ ਨਾਲ ਮੈਂ ਕਿਤੇ ਆਉਣਾ ਜਾਂਦਾ। ਜੇ ਕਦੇ ਕੋਈ ਯਾਰ ਪਾਰਟੀ ਵਗੈਰਾ ਵੀ ਹੋਈ ਹੈ ਨਾ, ਕਦੇ ਕੋਈ ਈਵੈਂਟ ਹੋਇਆ ਇਨਫਲੂਐਂਸਰਸ ਦਾ ਜਾਂ ਕਿਸੇ ਦਾ ਕੋਈ ਬਰਥਡੇ ਪਾਰਟੀ ਹੋਈ ਕਿਸੇ ਦੀ, ਹੈ ਨਾ, ਤਾਂ ਉਦੋਂ ਵੀ ਮਤਲਬ ਜੇ ਮੈਨੂੰ ਪਤਾ ਲੱਗਦਾ ਕੁੜੀਆਂ ਕੜੀਆਂ ਆਉਣੀਆਂ ਤਾਂ ਮੇਰਾ ਜਾਣੂ ਜੀ ਨਹੀਂ ਕਰਦਾ, ਪਤਾ ਨਹੀਂ ਕਿਉਂ। ਸ਼ੁਰੂ ਤੋਂ ਮੇਰਾ ਨੇਚਰ ਇੱਦਾਂ ਦਾ ਵੀ ਜੇ ਕੋਈ ਸਹੇਲੀ ਹੋਊਗੀ ਤਾਂ ਉਹੀ ਮੇਰੀ ਵਾਈਫ ਹੋਊਗੀ, ਤਾਂ ਇੱਕ ਹੀ ਕੁੜੀ ਹੋਊਗੀ, ਹੈ ਨਾ, ਅਤੇ ਇਹ ਮੇਰਾ ਮਾਇੰਡ ਸੈਟ ਸੀਗਾ। ਤਾਂ ਕਰਕੇ ਯਾਰ ਮਤਲਬ ਗਰਲਫ੍ਰੈਂਡ ਗਰਲਫ੍ਰੈਂਡ ਵਾਲੇ ਚੱਕਰ 'ਚ ਮੈਂ ਜ਼ਿਆਦਾ ਪਿਆ ਨਹੀਂ। ਕਿਉਂ ਨਹੀਂ ਪਿਆ? ਤੁਹਾਨੂੰ ਪਤਾ ਯਾਰ, ਜੇ ਬੰਦਾ ਇਹ ਚੀਜ਼ਾਂ ਵਿੱਚ ਪੈ ਜਾਏ ਤਾਂ ਕੰਮ ਮਤਲਬ ਸਾਰਾ ਛੁੱਟ ਜਾਂਦਾ ਬੰਦੇ ਦਾ, ਕਿਉਂਕਿ ਟੌਕਸਿਕਨੈਸ ਬਹੁਤ ਜ਼ਿਆਦਾ ਹੋ ਜਾਂਦੀ ਆ ਰਿਲੇਸ਼ਨਸ਼ਿਪ ਵਿੱਚ, ਨਾ, ਕੁੜੀਆਂ ਲੜਦੀਆਂ ਮੁੰਡਿਆਂ ਨਾਲ, ਮੁੰਡੇ ਲੜਦੇ ਕੁੜੀਆਂ ਨਾਲ, ਤਾਂ ਕੰਮ ਤੋਂ ਸਾਰਾ ਫੋਕਸ ਹਟ ਜਾਂਦਾ, ਹੈ ਨਾ। ਤਾਂ ਮੈਨੂੰ ਇਹੀ ਸੀਗਾ ਕਿ ਯਾਰ ਮੇਰੇ ਮਤਲਬ ਕੰਮ ਵਿੱਚ ਨਾ ਕੋਈ ਵਿਘਨ ਵਿਘਨ ਪਵੇ, ਹੈ ਨਾ, ਉਦੋਂ ਬਾਅਦ ਚੀਜ਼ਾਂ ਤਾਂ ਚੱਲ ਹੁੰਦੀਆਂ ਰਹਿਣੀਆਂ ਨੇ, ਅਤੇ ਜਿਹੜੀ ਕੋਈ ਚਾਹੀਦੀ ਕੁੜੀ ਹੁੰਦੀ ਆ, ਹੈ ਨਾ, ਜਿਹੜੀ ਆਪਾਂ ਨੂੰ ਸਪੋਰਟ ਕਰਦੀ ਆ, ਉਹ ਕਦੇ ਵੀ ਕਿਸੇ ਕੰਮ ਵਿੱਚ ਵਿਘਨ ਨਹੀਂ ਪਾਉਂਦੀ। ਜਿਹਨੂੰ ਮਤਲਬ ਪਤਾ ਕਿ ਹਾਂ ਇਹ ਬੰਦੇ ਨਾਲ ਮੈਂ ਰਹਿਣਾ ਵਾ ਅੱਗੇ ਜਾ ਕੇ, ਉਹ ਹਮੇਸ਼ਾ ਉਹਨੂੰ ਕੰਮ ਲਿਓਗੀ ਵੀ ਕੰਮ ਵੀ ਕਰ, ਹੈ ਨਾ, ਨਾਲ ਨਾਲ ਵੀ ਬਸ ਆਸ਼ਕੀ ਨਹੀਂ ਇਕੱਲੀ ਕਰਨੀ, ਹੈ ਨਾ। ਤਾਂ ਉਦੋਂ ਆਪਾਂ ਨੂੰ ਮਤਲਬ ਪਤਾ ਲੱਗ ਗਿਆ ਹੁੰਦਾ ਵੀ ਕਿਹੜੀ ਕੁੜੀ ਨੇ ਆਪਣੇ ਨਾਲ ਰਹਿਣਾ, ਕਿਹਨੇ ਨਹੀਂ ਰਹਿਣਾ, ਹੈ ਨਾ। ਤਾਂ ਮੈਂ ਵੀ ਇਹੋ ਜਿਹੀ ਕੋਈ ਕੁੜੀ ਦੀ ਭਾਲ 'ਚ ਸੀਗਾ ਵੀ ਜਿਹੜੀ, ਹੈ ਨਾ, ਮੈਨੂੰ ਜਿੰਨਾ ਮੇਰੀ ਵਾਈਵ ਮੈਚ ਹੋ ਜਾਵੇ ਬੇਸਿਕਲੀ। ਮੇਰੀ, ਮੈਂ ਬਹੁਤ ਲੜਾਕੂ ਬੰਦਾ ਹੋਇਆ, ਕਦੇ ਕਦੇ ਮੈਂ ਲੜਦਾ ਵਾਲਾ ਵਾਂ, ਦੋਸਤਾਂ ਨਾਲ ਵੀ ਬਹੁਤ ਲੜਦਾ ਵਾ, ਉਹਨਾਂ ਨਾਲ ਪਤਾ ਨਹੀਂ ਮੇਰੀ ਕਿਵੇਂ ਨਿਭੀ ਨਿਭੀ ਜਾਂਦੀ ਹੈ, ਅਤੇ ਬਸ ਮੈਨੂੰ ਇਹੀ ਸੀ ਮੇਰੀ ਵਾਈਵ ਮੈਚ ਹੋਵੇ, ਹੈ ਨਾ, ਕਿਸੇ ਨਾਲ। ਤਾਂ ਫਾਈਨਲੀ ਵਾਈਵਾਂ ਮੈਚ ਹੋ ਚੁੱਕੀਆਂ ਨੇ, ਅਤੇ ਥੋੜ੍ਹੇ ਦਿਨਾਂ ਦੇ ਵਿੱਚ ਮੇਰੀ ਇੰਗੇਜਮੈਂਟ ਵੀ ਹੋਣ ਵਾਲੀ ਆ। ਹੁਣ ਕਈਆਂ ਨੇ ਕਹਿਣਾ ਵੀ ਤੂੰ ਤਾਂ ਕਹਿੰਦਾ ਜੀ ਗਰਲਫ੍ਰੈਂਡ ਹੈ ਨਹੀਂ, ਹੈ ਨਾ, ਹੁਣ ਫਿਰ ਮਤਲਬ ਆਹ ਕਿਵੇਂ ਹੋ ਗਿਆ ਇੰਨਾ ਸਿਸਟਮ। ਤਾਂ ਬਸ ਯਾਰ ਤੁਹਾਨੂੰ ਪਤਾ, ਸਹਿਯੋਗ ਜਿਵੇਂ ਰੱਬ ਨੇ ਲਿਖਤੇ ਉਵੇਂ ਹੋਣੇ ਆ, ਬਾਕੀ ਘਰਦਿਆਂ ਦੀ ਸਹਿਮਤੀ ਨਾਲ। ਵੈਸੇ ਤੁਹਾਨੂੰ ਪਤਾ ਕਿਸੇ ਨੂੰ ਪਤਾ ਨਹੀਂ ਇਸ ਚੀਜ਼ ਬਾਰੇ, ਮੇਰੇ ਦੋਸਤਾਂ ਨੂੰ ਵੀ ਨਹੀਂ ਪਤਾ ਹਜੇ, ਕਿਸੇ ਨੂੰ ਵੀ ਨਹੀਂ ਪਤਾ, ਸਿਰਫ ਮੇਰੇ ਘਰਦਿਆਂ ਨੂੰ ਪਤਾ, ਅਤੇ ਚਲੋ ਕੁੜੀ ਦੇ ਘਰਦਿਆਂ ਨੂੰ ਤਾਂ ਪਤਾ ਹੀ ਹੋਣਾ ਸੀ, ਅਤੇ ਉਹਨਾਂ ਨੂੰ ਪਤਾ ਇੱਕ, ਉਦੋਂ ਇਲਾਵਾ ਕਿਸੇ ਨੂੰ ਨਹੀਂ ਪਤਾ। ਅਤੇ ਮੈਂ ਇੱਦਾਂ ਕਿਸੇ ਨੂੰ ਦੱਸਿਆ ਨਹੀਂ, ਬਾਕੀ ਹੁਣ ਦੱਸੂੰਗਾ ਛੇਤੀ, ਦੇਖਾਂਗੇ ਮੰਨਦਾ ਕਿ ਨਹੀਂ। ਪਰ ਮੈਂ ਸੀਰੀਅਸਲੀ ਕਹਿੰਦਾ ਕਿ ਮੈਂ ਸੋਚਿਆ ਸੀ ਕਿ ਮੈਂ ਬਹੁਤ ਲੇਟ ਵਿਆਹ ਕਰਾਊਂਗਾ 25-26 ਸਾਲ ਦੀ ਉਮਰ 'ਚ, ਪਰ ਜਦੋਂ ਫਿਰ ਕੁੜੀ ਵਧੀਆ ਮਿਲ ਜਾਵੇ, ਹੈ ਨਾ, ਕੋਈ ਵਧੀਆ ਹੋ ਜਾਵੇ, ਰਲ ਜਾਵੇ ਵਾਈਫ, ਹੈ ਨਾ, ਤਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਕਰਵਾ ਲੈਣਾ ਚਾਹੀਦਾ। ਅੱਜ ਕੱਲ੍ਹ ਸੱਚਾ ਸੁੱਚਾ ਪਿਆਰ ਕਿੱਥੇ ਰਹਿ ਗਿਆ ਤੁਹਾਨੂੰ ਪਤਾ ਹੀ ਆ। ਤਾਂ ਕਰਕੇ ਜੇ ਕੋਈ ਵਧੀਆ ਕੁੜੀ ਮਿਲਦੀ ਆ, ਸਿਆਣੀ ਕੋਈ, ਹੈ ਨਾ, ਸਮਝਦਾਰ, ਘਰ ਨੂੰ ਸੰਭਾਲਣ ਵਾਲੀ, ਤਾਂ ਓਪਰਚੁਨਿਟੀ ਨੂੰ ਗ੍ਰੈਬ ਕਰ ਲੈਣਾ ਚਾਹੀਦਾ ਗਾਈਸ। ਬਾਕੀ ਜੇ ਪਿਆਰ ਹੈਗਾ ਤਾਂ ਉਹੀ ਨਹੀਂ। ਅਤੇ ਬਾਕੀ ਮੇਨ ਗੱਲ ਇਹ ਆ, ਹੁਣ ਜਿਹੜੀ ਮੈਂ ਮੇਨ ਗੱਲ ਕਰਨ ਲੱਗਾ ਨਾ, ਉਹ ਸੁਣ ਲਓ, ਕਿ ਕਿਸੇ ਨੇ ਵੀ ਮੈਨੂੰ ਦੇਖ ਕੇ ਮਤਲਬ ਇਨਫਲੂਐਂਸ ਨਹੀਂ ਹੋਣਾ ਕਿ ਇਹ ਇੱਦਾਂ ਕਰੇ ਤਾਂ ਅਸੀਂ ਵੀ ਇੱਦਾਂ ਕਰਾਂਗੇ।
ਬਾਕੀ ਜੇ ਤੁਹਾਨੂੰ ਯਾਰ ਕੁੜੀ ਵਧੀਆ ਮਿਲੀ ਹੋਈ ਹੈ ਨਾ ਉਹ ਤੁਹਾਨੂੰ ਮਤਲਬ ਕਦੇ ਵੀ ਤੁਹਾਡੇ ਕੰਮ ਤੋਂ ਤੁਹਾਡਾ ਫੋਕਸ ਆਊਟ ਨਹੀਂ ਕਰਵਾਊਗੀ, ਹਮੇਸ਼ਾ ਇੱਦਾਂ ਕਹੂਗੀ ਕਿ ਹਾਂ ਯਾਰ ਇੱਦਾਂ ਸੋਚੂਗੀ ਕਿ ਹਾਂ ਇਹਨੇ ਮੇਰੇ ਨਾਲ ਰਹਿਣਾ ਤਾਂ ਇਹਨੂੰ ਕੰਮ ਕਰ ਲਈ ਵੀ ਕਹਾਂ ਭੋਰਾ ਹੈ ਨਾ, ਕਿਉਂਕਿ ਮੈਂ ਕੱਲ੍ਹ ਨੂੰ ਨਾਲ ਰਹਿਣਾ, ਮੈਨੂੰ ਖਵਾਊਗਾ ਕੀ ਇਹ ਕਹਿੰਦੇ, ਮਤਲਬ ਸੋਚ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ। ਚਲੋ ਜਿੱਥੇ ਪਿਆਰ ਹੁੰਦਾ ਹਮੇਸ਼ਾ ਇੱਕ ਪਿਆਰ ਹੀ ਨਹੀਂ ਕੰਮ ਹੁੰਦਾ, ਹਮੇਸ਼ਾ ਬਾਕੀ ਸੋਚ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ ਨੇ। ਮਤਲਬ ਮੁੰਡੇ ਨੂੰ ਤਾਂ ਓਬਵੀਅਸਲੀ ਯਾਰ ਸੈੱਟ ਹੋਣਾ ਚਾਹੀਦਾ, ਬੰਦਾ ਆਪਦਾ ਖਰਚਾ ਚੱਕਿਆ ਉਹਦਾ ਸਾਰਾ ਕੁਛ ਕਰ ਸਕਦਾ ਹੋਵੇ ਪ੍ਰੋਪਰ A to Z, ਫਿਰ ਹੀ ਇਹ ਚੀਜ਼ਾਂ ਬਾਰੇ ਸੋਚਣਾ ਚਾਹੀਦਾ। ਜੇ ਮਾਲਕ ਦੀ ਕਿਰਪਾ ਨਾਲ ਮੈਂ ਮਾੜਾ ਮੋਟਾ ਕਰ ਰਿਹਾ ਵਾਂ, ਬਾਬਾ ਜੀ ਇੱਦਾਂ ਹੀ ਬਣਾਈ ਰੱਖਿਓ, ਸਿਰ 'ਤੇ ਹੱਥ ਮਤਲਬ ਰੱਖੀ ਰੱਖਿਓ ਮੇਰੇ, ਅਤੇ ਆਪਾਂ ਇੱਦਾਂ ਹੀ ਹੋਰ ਤਰੱਕੀ ਕਰੀ ਜਾਈਏ। ਅਤੇ ਮੈਂ ਇਹੀ ਅਰਦਾਸ ਕਰੂੰਗਾ ਕਿ ਤੁਹਾਡੇ ਵੀ ਸੁਪਨੇ ਛੇਤੀ ਛੇਤੀ ਪੂਰੇ ਹੋਣ, ਕਿਉਂਕਿ ਯਾਰ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਕਿ ਮੈਂ ਬਹੁਤ ਜ਼ਿਆਦਾ ਨਾ ਨਰਵਸ ਵੀ ਹਾਂ ਐਟ ਦ ਸੇਮ ਟਾਈਮ। ਜੇ ਮੈਂ ਬਹੁਤ ਜ਼ਿਆਦਾ ਮੈਨੂੰ ਚਾਹ ਵਾ ਨਾ ਤਾਂ ਮੈਂ ਨਰਵਸ ਵੀ ਬਹੁਤ ਜ਼ਿਆਦਾ ਹਾਂ। ਅਤੇ ਬਾਕੀ ਰਹੀ ਗੱਲ ਇਹ ਕਿ ਮੈਂ ਬਹੁਤ ਸੋਚਿਆ ਕਿ ਇਸ ਚੀਜ਼ ਬਾਰੇ ਮੈਂ ਦੱਸਾਂ ਨਾ ਦੱਸਾਂ ਵੀ ਕੋਈ ਫਾਇਦਾ ਨਹੀਂ ਹੈ, ਮੈਂ ਹੈ ਨਾ ਬਾਅਦ ਵੀ ਦੱਸ ਦੂੰਗਾ, ਕਿਉਂਕਿ ਮੈਂ ਹਮੇਸ਼ਾ ਇਹੀ ਚੀਜ਼ ਦੇਖੀ ਕਿ ਪਰਸਨਲ ਲਾਈਫ ਨੂੰ ਪਰਸਨਲ ਰੱਖੋ। ਮੈਨੂੰ ਬਹੁਤ ਜਣੇ ਕਹਿੰਦਾ ਤੁਸੀਂ ਡੇਲੀ ਵਲੋਗਿੰਗ ਸਟਾਰਟ ਕਰੋ, ਮੈਂ ਯਾਰ ਕਰ ਹੀ ਨਹੀਂ ਸਕਦਾ ਉਸ ਚੀਜ਼ ਨੂੰ। ਮੈਂ ਹਮੇਸ਼ਾ ਇਹੀ ਸੋਚਿਆ ਕਿ ਯਾਰ ਮੈਂ ਜੋ ਵੀ ਪਾਵਾਂ ਜੋ ਵੀ ਅਪਲੋਡ ਕਰਾਂ ਤਾਂ ਸਾਰਿਆਂ ਤੋਂ ਚੰਗੀ ਚੀਜ਼ ਹੀ ਸਿੱਖਣ, ਕੋਈ ਹੈ ਨਾ ਮਤਲਬ ਕ੍ਰਿੰਜ ਨਾ ਲੱਗੇ ਭੋਰਾ ਵੀ, ਤਾਂ ਮੈਂ ਵਾਅਦਾ ਕਰਦਾ ਕਿ ਅੱਗੇ ਵੀ ਇੱਦਾਂ ਕੁਛ ਵੀ ਨਹੀਂ ਹੋਊਗਾ ਕੁਛ। ਅਤੇ ਬਾਕੀ ਜਲਦੀ ਜਲਦੀ ਹੁਣ ਆਪਾਂ ਸ਼ੋਪਿੰਗ ਕਰਨੀ ਆ ਸਟਾਰਟ ਇੰਗੇਜਮੈਂਟ ਦੀ, ਆਪਾਂ ਹੁਣ ਉਹਦੇ ਵਲੋਗ ਵੀ ਪਾਇਆ ਕਰਾਂਗੇ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ, ਇੱਕ ਪਿਆਰਾ ਜਿਹਾ ਤੁਸੀਂ ਕਮੈਂਟ ਵੀ ਛੱਡਿਓ ਹੈ ਨਾ ਨੀਚੇ। ਅਤੇ ਬਾਕੀ ਰਹੀ ਗੱਲ ਕੁੜੀਆਂ ਦੀ, ਕੋਈ ਗੱਲ ਨਹੀਂ, ਮੇਰੇ ਦੋਸਤ ਦੋਸਤ ਹੈਗੇ ਆ ਵਾਧੂ, ਮੇਰਾ ਛੋਟਾ ਭਰਾ ਹਜੇ ਹੈਗਾ, ਉਹਨੂੰ ਜਾ ਕੇ ਫੋਲੋ ਫੋਲੋ ਕਰ ਲਓ, ਬਾਕੀ ਮੈਨੂੰ ਅਨਫੋਲੋ ਨਾ ਕਰ ਦਿਓ, ਮੈਂ ਪੋਸਟਾਂ ਪੁਸਟਾਂ ਪਾਊਂਗਾ ਸੋਹਣੀ ਸੋਹਣੀ, ਉਹ ਵੀ ਦੇਖਿਓ ਠੀਕ ਹੈ, ਸਾਰੇ ਜਣੇ ਮੈਨੂੰ ਜਾ ਕੇ ਫੋਲੋ ਕਰ ਲਓ ਇੰਸਟਾਗ੍ਰਾਮ 'ਤੇ। ਅਤੇ ਬਾਕੀ ਇਹ ਗੱਲ ਸਿਰਫ ਮੇਰੀ ਇੰਗੇਜਮੈਂਟ ਦੀ ਆ, ਅਤੇ ਮਤਲਬ ਵਿਆਹ ਵਿਊ ਦਾ ਹਜੇ ਕੁਛ ਵੀ ਨਹੀਂ ਪਤਾ, ਵਿਆਹ ਅੱਗੇ ਜਾ ਕੇ ਹੋਣਾ, ਉਹ ਬਾਅਦ ਵਿੱਚ ਹੋਣਾ, ਮੈਂ ਜਸਟ ਇੱਕ ਹੁਣ ਮਤਲਬ ਕਮਿਟਮੈਂਟ ਕਰ ਰਿਹਾ ਵੀ ਹਾਂ ਮੈਂ ਤੁਹਾਡਾ ਹੀ ਹਾਂ। ਬਾਕੀ ਇਸ ਚੀਜ਼ ਨੂੰ ਦੱਸਣ ਦੇ ਮੈਂ ਫੇਵਰ 'ਚ ਨਹੀਂ ਸੀਗਾ, ਪਰ ਮੇਰੇ ਘਰਦਿਆਂ ਨੇ ਕਿਹਾ ਵੀ ਚੱਲ ਕੋਈ ਚੱਕਰ ਨਹੀਂ ਤੂੰ ਦੱਸ ਦੇ, ਕਿਉਂਕਿ ਐਵੇਂ ਪਤਾ ਤਾਂ ਲੱਗ ਹੀ ਜਾਣਾ ਅੱਜ ਨਹੀਂ ਤਾਂ ਕੱਲ੍ਹ ਹੈ ਨਾ, ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਮਿਲਦਾ ਕੋਈ ਕਿਵੇਂ ਨਾ ਕਿਵੇਂ, ਤੁਹਾਨੂੰ ਪਤਾ ਹੀ ਹੈ ਯਾਰ ਸੋਚ ਚੀਜ਼ਾਂ ਹੁੰਦੀਆਂ ਨੇ, ਪਤਾ ਤਾਂ ਲੱਗ ਹੀ ਜਾਂਦਾ ਹੁੰਦਾ। ਫਿਰ ਉਦੋਂ ਸਗੋਂ ਬਾਹਲਾ ਤੁਸੀਂ ਕਹਿਣਾ ਸੀ ਪਤਾ ਨਹੀਂ ਕਿਉਂ ਨਹੀਂ ਦੱਸਿਆ ਇਹਨੇ ਇੱਦਾਂ ਦੀ, ਪਤਾ ਨਹੀਂ ਕਿਹੜੀ ਕੋਈ ਗੱਲ ਹੋ ਗਈ ਹੋਣੀ ਆ, ਪਰ ਬੰਦਾ ਆਪਦਾ ਦਿਮਾਗ ਬਾਹਲਾ ਲਾਉਂਦਾ, ਤਾਂ ਕਰਕੇ ਮੈਂ ਆਪ ਹੀ ਦੱਸਣ ਲੱਗਾ ਕਿ ਹਾਂ ਮੇਰੀ ਇੰਗੇਜਮੈਂਟ ਆ ਥੋੜ੍ਹੇ ਟਾਈਮ ਤੱਕ, ਟਾਈਮ ਨਹੀਂ ਥੋੜ੍ਹੇ ਦਿਨਾਂ ਤੱਕ ਜਾਂ ਹਫ਼ਤੇ ਤੱਕ ਹਫ਼ਤਿਆਂ ਤੱਕ, ਅਤੇ ਹੋਊਗੀ ਤੁਹਾਡਾ ਕੋਲ ਦੱਸਾਂਗੇ, ਸਬਸਕ੍ਰਾਈਬ ਕਰ ਲਿਓ। ਅਤੇ ਬਾਕੀ ਹੁਣ ਮੈਂ ਦੋਸਤਾਂ ਨੂੰ ਵੀ ਦੱਸਣਾ ਵਾ ਇਸ ਚੀਜ਼ ਬਾਰੇ ਕਿ ਇਹਨੂੰ ਦੇਖਦਿਆਂ ਯਕੀਨ ਹੁੰਦਾ ਕਿ ਨਹੀਂ ਹੁੰਦਾ, ਕਿਉਂਕਿ ਮੈਂ ਇਹੋ ਜਿਹਾ ਪਰਸਨ ਆ ਜਿਹਨੇ ਕਿਹਾ ਸੀਗਾ ਕਿ ਮੈਂ 26-27 ਸਾਲ ਦੀ ਏਜ 'ਚ ਜਾ ਕੇ ਵਿਆਹ ਕਰਾਊਂਗਾ। ਬਾਕੀ ਯਾਰ ਕਿਸੇ ਨੂੰ ਪਤਾ ਨਹੀਂ ਗਿਆ ਚੀਜ਼ ਬਾਰੇ, ਤਾਂ ਆਪਾਂ ਉਹਨਾਂ ਨੂੰ ਵੀ ਜਲਦੀ ਜਲਦੀ ਦੱਸ ਦਾਂਗੇ। ਅਤੇ ਮੈਨੂੰ ਲੱਗਿਆ ਕਿ ਚਲੋ ਮੈਨੂੰ ਇਹ ਫੈਸਲਾ ਲੈਣਾ ਚਾਹੀਦਾ ਤਾਂ ਮੈਂ ਲੈ ਲਿਆ, ਅਤੇ ਮੈਨੂੰ ਵਧੀਆ ਲੱਗਦਾ ਜੇ ਮੈਂ ਕੋਈ ਵੀ ਕੰਮ ਕਰਦਾ, ਮੈਂ ਬਹੁਤ ਵਾਰੀ ਸੋਚ ਕੇ ਕਰਦਾ ਹਾਂ, ਅਤੇ ਬਹੁਤ ਜ਼ਿਆਦਾ ਮਤਲਬ ਲਾਈਫ ਦੇ ਜਿਹੜੇ ਮੈਂ ਫੈਸਲੇ ਲਏ ਆ ਬਹੁਤ ਸੋਚ ਸਮਝ ਕੇ ਲਏ ਆ, ਅਤੇ ਵੀ ਬਹੁਤ ਸੋਚ ਸਮਝ ਕੇ ਲਿਆ, ਤਾਂ ਕਿਸੇ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਨਾ ਇਸ ਚੀਜ਼ ਬਾਰੇ ਬਾਹਲੀ ਸੋਚਣ ਦੀ ਲੋੜ ਆ। ਬਸ ਮੇਰੀ ਜਦੋਂ ਅੰਗੇਜਮੈਂਟ ਹੋਊਗੀ ਤੁਹਾਨੂੰ ਮੈਂ ਦਿਖਾ ਦੂੰਗਾ, ਅਤੇ ਬਾਕੀ ਮਿਲਦੇ ਆ ਨੈਕਸਟ ਵਲੌਗ ਵਿੱਚ, ਬਾਕੀ ਗੱਲਾਂ ਬਾਅਦ 'ਚੋਂ ਕਰ ਲਾਂਗੇ, ਉਹਨੂੰ ਬਹੁਤ ਗੱਲਾਂ ਕਰ ਲਈਆਂ, ਮੇਰੇ ਦਿਲ 'ਚ ਤਾਂ ਹਜੇ ਬਹੁਤ ਗੱਲਾਂ ਨੇ ਉਹ ਵੀ ਦੱਸਾਂਗੇ। ਤਾਂ ਬਾਏ ਬਾਏ, ਹੁਣ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ।